ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਗੁਰਾਇਆਂ ਦੇ ਵਾਰਡ ਨੰਬਰ 5 ਵਿੱਚ ਮੀਟਿੰਗ ਹੋਈ, ਜਿਸ ਵਿੱਚ ਚੌਧਰੀ ਸੰਤੋਖ ਸਿੰਘ ਅਤੇ ਵਿਕਰਮਜੀਤ ਸਿੰਘ ਚੌਧਰੀ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਚੌਧਰੀ ਸੰਤੋਖ ਸਿੰਘ ਅਤੇ ਵਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਭਾਜਪਾ ਦੀਆਂ ਲੋਕਮਾਰੂ ਨੀਤੀਆਂ ਤੋਂ ਲੋਕ ਅੱਕ ਚੁੱਕੇ ਹਨ ਅਤੇ ਇਸ ਵਾਰ ਦੇਸ਼ ਦੇ ਲੋਕ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਗੇ। ਉਹਨਾਂ ਕਿਹਾ ਕਿ ਉਹਨਾਂ ਨੂੰ ਹਲਕਾ ਫਲੋਰ ਦੇ ਲੋਕਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ, ਜਿਸ ਦੇ ਚੱਲਦਿਆਂ ਉਹ ਹਲਕਾ ਫਲੋਰ ਵਿੱਚੋਂ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ। ਇਸ ਮੌਕੇ ਉਹਨਾਂ ਲੋਕਾਂ ਨੂੰ 19 ਮਈ ਵਾਲੇ ਦਿਨ 5 ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਚੌਧਰੀ ਸੰਤੋਖ ਸਿੰਘ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਕਮਲਦੀਪ ਸਿੰਘ ਬਿੱਟੂ, ਸੰਜੇ ਅਟਵਾਲ, ਕੌਂਸਲਰ ਅੰਜੂ ਅਟਵਾਲ, ਕੌਂਸਲਰ ਰਵਿੰਦਰਪਾਲ ਸਿੰਘ ਰਿੰਕੂ, ਕੌਂਸਲਰ ਬਲਜਿੰਦਰ ਕੁਮਾਰ ਕਾਲਾ, ਰਾਕੇਸ਼ ਦੁੱਗਲ, ਕੌਂਸਲਰ ਰੌਸ਼ਨ ਲਾਲ ਬਿੱਟੂ, ਕੌਂਸਲਰ ਰਾਜੀਵ ਪੁੰਜ ਬਿੱਟੂ, ਬਲਾਕ ਸੰਮਤੀ ਮੈਂਬਰ ਸਰੂਪ ਕੁਮਾਰ, ਬਲਾਕ ਸੰਮਤੀ ਮੈਂਬਰ ਤਰਸੇਮ ਸਿੰਘ, ਜੀਵਨ ਦਾਸ, ਅਨਿਲ ਜੋਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ। ਲੋਕ ਸਭਾ ਚੋਣਾਂ 'ਚ ਅੱਜ ਗੁਰਾਇਆਂ ਵਿਖੇ ਹਲ ਆਪਣਾ ਵਾਰਡ ਨੰਬਰ 4 5 ਵਿੱਚ ਇੱਕ ਬਹੁਤ ਵੱਡੀ ਕਾਂਗਰਸ ਪਾਰਟੀ ਦੀ ਰੈਲੀ ਹੋਈ ਹੈ ਔਰ ਇਸ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਭੈਣਾਂ ਭਰਾ ਆਏ ਔਰ ਇਹਨਾਂ 'ਚ ਬੜਾ ਉਤਸ਼ਾਹ ਹੈ। ਅੱਜ ਸਵੇਰ ਦੀਆਂ ਜਿੰਨੀਆਂ ਵੀ ਫਲੋਰ ਹਲਕੇ ਦੀਆਂ ਮੀਟਿੰਗਸ ਹੋਈਆਂ ਉਹਨਾਂ ਦੇ ਵਿੱਚ ਬਹੁਤ ਭਰਵਾਂ ਹੁੰਗਾਰਾ ਮਿਲਿਆ ਔਰ ਲੋਕ ਬਿਲਕੁਲ ਮੋਦੀ ਸਰਕਾਰ ਨੂੰ ਪਾਉਣਾ ਚਾਹੁੰਦੇ। ਮੋਦੀ ਸਰਕਾਰ ਦੀਆਂ ਜਿਹੜੀਆਂ ਲੋਕ ਵਿਰੋਧੀ ਜਿਹੜੀਆਂ ਪੋਲਿਸੀਆਂ ਉਹਨਾਂ ਤੋਂ ਤੰਗ ਆ ਕੇ ਲੋਕ ਸਾਰਿਆਂ ਨੇ ਫੈਸਲਾ ਕੀਤਾ ਕਿ ਮੋਦੀ ਸਰਕਾਰ ਲਾਉਣੀ ਔਰ ਕਾਂਗਰਸ ਦੀ ਰਾਹੁਲ ਗਾਂਧੀ ਜੀ ਦੀ ਸਰਕਾਰ ਬਣਾਉਣੀ ਔਰ ਮੈਂ ਸਮਝਦਾ ਕਿ ਇਸ ਵਾਰ ਹਲਕਾ ਫਲੋਰ ਦੇ ਵਿੱਚੋਂ ਬਹੁਤ ਭਾਰੀ ਬਹੁਮਤ ਦੇ ਨਾਲ ਕਾਂਗਰਸ ਪਾਰਟੀ ਜਿੱਤੇ। ਲੋਕ ਸਭਾ ਇਲੈਕਸ਼ਨ ਦੇ ਮੱਦੇਨਜ਼ਰ ਅੱਜ ਵਾਰਡ ਨੰਬਰ 4 ਅਤੇ 5 ਵਿੱਚ ਕਾਂਗਰਸ ਪਾਰਟੀ ਵੱਲੋਂ ਨਗਰ ਕੌਂਸਲ ਪ੍ਰਧਾਨ ਕਮਲਦੀਪ ਸਿੰਘ ਬਿੱਟੂ ਅਤੇ ਰਵਿੰਦਰਪਾਲ ਰਿੰਕੂ ਉਹਨਾਂ ਦੀ ਅਗਵਾਈ ਵਿੱਚ ਵੱਡੀ ਭਾਰੀ ਰੈਲੀ ਕਰਾਈ ਗਈ, ਜਿਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ 19 ਮਈ ਨੂੰ ਆਪਣੀ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਪਾ ਕੇ ਚੌਧਰੀ ਸੰਤੋਖ ਸਿੰਘ ਉਹਨਾਂ ਨੂੰ ਆਪਾਂ ਲੋਕ ਸਭਾ ਵਿੱਚ ਭੇਜੀਏ ਤਾਂ ਜੋ ਆਪਣੀਆਂ ਡਿਮਾਂਡਸ ਜਾਂ ਕੰਮ ਅਧੂਰੇ ਰਹਿ ਗਏ ਨੇ ਆਪਾਂ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਪੂਰੇ ਕਰ ਸਕੀਏ। ਇਸ ਮੌਕੇ 'ਤੇ ਰਵਿੰਦਰਪਾਲ ਸਿੰਘ ਰਿੰਕੂ ਉਹਨਾਂ ਨੇ, ਕਮਲਦੀਪ ਸਿੰਘ ਬਿੱਟੂ ਉਹਨਾਂ ਨੇ, ਚੌਧਰੀ ਸੰਤੋਖ ਉਹਨਾਂ ਦਾ ਅਤੇ ਚੌਧਰੀ ਵਿਕਰਮਜੀਤ ਸਿੰਘ ਉਹਨਾਂ ਦਾ ਧੰਨਵਾਦ ਵੀ ਕੀਤਾ ਕਿ ਗ੍ਰਾਂਟ ਨੂੰ ਉਹਨਾਂ ਨੇ 3 ਕਰੋੜ ਦੀ ਗ੍ਰਾਂਟ ਪੰਜਾਬ ਸਰਕਾਰ ਪਾਸੋਂ ਅਤੇ ਸੀਵਰੇਜ ਬੋਰਡ ਲਈ 23 ਕਰੋੜ ਰੁਪਏ ਲਿਆ ਕੇ ਦਿੱਤਾ, ਇਸ ਲਈ ਉਹਨਾਂ ਨੇ ਧੰਨਵਾਦ ਕੀਤਾ। ਉਹਨਾਂ ਨੇ ਆਏ ਹੋਏ ਲੋਕਾਂ ਤੋਂ ਅਪੀਲ ਕੀਤੀ ਆਪਣੀ ਇੱਕ ਇੱਕ ਵੋਟ 5 ਦੇ ਨਿਸ਼ਾਨ 'ਤੇ ਲਾ ਕੇ ਕਾਂਗਰਸ ਪਾਰਟੀ ਨੂੰ ਕਾਮਯਾਬ ਕਰੋ ਅਤੇ ਸੈਂਟਰ ਵਿੱਚ ਰਾਹੁਲ ਗਾਂਧੀ ਸਰਕਾਰ ਲਾਓ। ਧੰਨਵਾਦ ਜੀ।